ਪਿਛਲੇ ਲੰਬੇ ਸਮੇਂ ਤੋਂ ਗ੍ਰਾਂ ਦੇ ਵਾਰਡ ਨੰਬਰ 7 ਵਿੱਚ ਗੰਦੇ ਪਾਣੀ ਦੇ ਨਿਕਾਸ ਅਤੇ ਰਸਤੇ ਨਾਲੀਆਂ ਦਾ ਬੁਰਾ ਹਾਲ ਸੀ। ਵਾਰਡ ਵਾਸੀਆਂ ਦੀਆਂ ਇਹਨਾਂ ਸਮੱਸਿਆਵਾਂ ਨੂੰ ਦੇਖਦੇ ਹੋਏ ਵਾਰਡ ਨੰਬਰ 7 ਦੀ ਕੌਂਸਲਰ ਅੰਜੂ ਅਟਵਾਲ ਵੱਲੋਂ 1.5 ਲੱਖ ਦੀ ਲਾਗਤ ਨਾਲ ਬਣਨ ਵਾਲੇ ਰਸਤੇ ਅਤੇ ਨਾਲੀਆਂ ਦੀ ਮੁਰੰਮਤ ਕਰਨ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ। ਵਾਰਡ ਵਾਸੀਆਂ ਨੇ ਕੌਂਸਲਰ ਅੰਜੂ ਅਟਵਾਲ ਵੱਲੋਂ ਕਰਵਾਏ ਇਸ ਕਾਰਜ ਦੀ ਸ਼ਲਾਘਾ ਕੀਤੀ। ਇਸ ਮੌਕੇ ਠੇਕੇਦਾਰ ਸਰੂਪ ਕੁਮਾਰ, ਭੁਪਿੰਦਰ ਕੌਰ, ਜਸਵਿੰਦਰ ਕੌਰ, ਜਸਜੀਤ, ਕਾਲਾ ਮਸੀਹ ਆਦਿ ਹਾਜ਼ਰ ਸਨ। ਮੈਂ ਅੰਜੂ ਅਟਵਾਲ, ਕੌਂਸਲਰ ਵਾਰਡ ਨੰਬਰ 7। ਅੱਜ ਸਾਡੇ ਵਾਰਡ ਵਿੱਚ ਗੁਰਦੁਆਰਾ ਨੀਵੇਂ ਗੁਰਦੁਆਰੇ ਗਲੀ ਵਿੱਚ ਇੰਟਰਲੋਕ ਦਾ ਕੰਮ ਚਾਲੂ ਕਰਵਾਇਆ ਗਿਆ। ਇਸ ਗਲੀ ਦੀ ਹਾਲਤ ਜਿਹੜੀ ਸੀ ਬਹੁਤ ਖਸਤਾ ਸੀ। ਕਾਫੀ ਸਮੇਂ ਤੋਂ ਲੋਕ ਪਰੇਸ਼ਾਨ ਸੀਗੇ ਅਤੇ ਆਉਣ ਜਾਣ ਦੀ ਬੜੀ ਮੁਸ਼ਕਿਲ ਹੁੰਦੀ ਸੀ ਲੋਕਾਂ ਨੂੰ। ਅਤੇ ਅਸੀਂ ਲੋਕਾਂ ਦੀ ਮੰਗ 'ਤੇ ਇਹ ਜਿਹੜਾ ਗਲੀ ਦਾ ਕੰਮ ਚਾਲੂ ਕਰਵਾ ਦਿੱਤਾ ਹੈ। ਥੋੜ੍ਹੇ ਹੀ ਸਮੇਂ ਵਿੱਚ ਜਿਹੜੀ ਕਿ ਬਣ ਕੇ ਤਿਆਰ ਹੋ ਜਾਣੀ ਆ। ਅੱਗੇ ਤੋਂ ਵੀ ਜਿਹੜੀਆਂ ਸਾਡੇ ਵਾਰਡ ਵਿੱਚ ਗਲੀਆਂ ਨਾਲੀਆਂ ਰਹਿੰਦੀਆਂ ਆ ਪੱਕੀਆਂ ਹੋਣ ਨੂੰ, ਉਹਨਾਂ ਦੀ ਸਮੱਸਿਆ ਵੀ ਅਸੀਂ ਜਲਦੀ ਤੋਂ ਜਲਦੀ ਦੂਰ ਕਰਾਂਗੇ ਅਤੇ ਆਪਣੇ ਵਾਰਡ ਨੂੰ ਸਾਫ਼ ਸੁਥਰਾ ਬਣਾਵਾਂਗੇ।